ਜਨਮ ਅਮਲੋਦਿਤ ਚਾਰ ਪਿੰਡਾਂ ਦਾ ਸਾਂਝਾ ਕਣਕ ਵੰਡ ਸਮਾਗਮ ਐਡਵੋਕੇਟ ਬਲਜਿੰਦਰ ਸਿੰਘ ਪੱਟੋ ਦੀ ਰਹਿਨੁਮਾਈ ਹੇਠ ਪਿੰਡ ਪੱਟੋ ਵਿੱਚ ਕਰਵਾਇਆ ਗਿਆ, ਜਿਸ ਵਿੱਚ ਕਾਕਾ ਰਣਦੀਪ ਸਿੰਘ ਹਲਕਾ ਵਿਧਾਇਕ ਨੇ ਆਪਣੀ ਕਾਂਗਰਸ ਪਾਰਟੀ ਪ੍ਰਧਾਨ ਰਜਿੰਦਰ ਬਿੱਟੂ, ਹੈਪੀ ਸੂਦ ਮੋਹਨ ਸਿੰਘ ਸਰਪੰਚ, ਸਿਰਾਰ ਮਾਜਰਾ ਚੇਅਰਮੈਨ ਬਲਦੇਵ ਹਸੀਜਾ ਸਮੇਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਣਕ ਵੰਡ ਸਮਾਗਮ ਵਿੱਚ ਕੁਝ ਅਕਾਲੀ ਵਰਕਰਾਂ ਨੇ ਵੀ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਹਲਕਾ ਵਿਧਾਇਕ ਨੇ ਸਰੋਪੇ ਦੇ ਕੇ ਸਨਮਾਨ ਵੀ ਕੀਤਾ। ਜਾ ਰਹੇ ਹਾਂ, ਚਾਰ ਪਿੰਡਾਂ ਦਾ ਸਮਾਗਮ ਇੱਥੇ ਰੱਖਿਆ ਗਿਆ ਸੀਗਾ, ਪੱਟੋ, ਅਲੀਪੁਰ ਸੰਦਲ ਅਤੇ ਨੂਰਪੁਰਾ ਅਤੇ ਬੜੈਚਾਂ ਦਾ। ਔਰ ਕਿਉਂਕਿ ਸਮੱਗਰੀ ਇੱਕੋ ਟਰੱਕ 'ਚ ਆ ਸਕੀ, ਦੋ ਟਰੱਕ ਨਹੀਂ ਆ ਸਕੇ, ਪਰ ਇਸ ਲਈ ਅਸੀਂ ਦੋ ਪਿੰਡਾਂ ਦਾ ਇੱਥੇ ਸ਼ੁਰੂਆਤ ਕੀਤੀ ਔਰ ਦੂਜੇ ਦੋ ਪਿੰਡਾਂ 'ਚ ਸਾਨੂੰ ਏ ਐੱਫ ਐੱਸ ਸਾਹਿਬ ਔਰ ਸਮੁੱਚੀ ਵਾਲੀ ਟੀਮ ਜਾ ਕੇ ਸਾਨੂੰ ਵੰਡ ਦੇਗੀ ਤਾਂ ਕਿ ਗਰੀਬਾਂ ਤੱਕ ਰਾਹਤ ਪਹੁੰਚੇ। ਔਰ ਜਿਹੜੇ ਲੋਕ ਨਿੰਦਾ ਕਰਦੇ ਸੀ ਉਹਨਾਂ ਨੂੰ ਅਸੀਂ ਜਾਗਰੂਕ ਕਰਨ ਆਏ ਹਾਂ, ਜਿਹੜੇ ਕਹਿੰਦੇ ਸੀ ਕੈਪਟਨ ਆਓ ਭਾਈ ਤੁਹਾਡੀ ਦਾਲ ਆਟਾ ਬੰਦ ਹੋ ਜੂਗੀ, ਅੱਜ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਹੈ ਗਰੀਬਾਂ ਨੂੰ ਸਾਡੇ ਅਮਲੋ ਹਲਕੇ 'ਚ 583 ਹੋਰ ਕਾਰਡ ਬਣੇ ਹਨਗੇ ਔਰ ਹੋਰ ਗਰੀਬਾਂ ਨੂੰ ਰਾਹਤ ਪਹੁੰਚਣ ਦਾ ਅੱਜ ਅਸੀਂ ਯਤਨ ਕਰਨ ਜਾ ਰਹੇ ਹਾਂ। ਸਮੁੱਚੀ ਕਾਂਗਰਸ ਟੀਮ ਵਚਨਬੰਦ ਖੜੀ ਹੈ ਔਰ ਚਾਹੁੰਦੀ ਹੈ ਕਿ ਗਰੀਬਾਂ ਤੱਕ ਇਹ ਲੋੜਵੰਦ ਲੋਕਾਂ ਤੱਕ ਰਾਹਤ ਪਹੁੰਚੇ। ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਚੈਨਲ 2।